ਮਿੱਤਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਮਰੂ ਦੇ ਕਰੈਕਟਰ ਨੂੰ ਇੰਨਾ ਪਿਆਰ ਕਰਨ ਲਈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਘੈਂਟ ਘੈਂਟ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਣ। ਤਿੰਨ ਲੱਖ ਤਾਂ ਆਪਾਂ ਤੁਹਾਡੀ ਸਬਸਿਡੀ ਲਈ ਕਰਦਾ ਹੈ। ਅੱਛਾ, 17 ਹੋ ਜੂ ਜੀ ਤੁਹਾਡੀ, ਟੋਟਲ 20 ਲੱਖ ਹੋ ਗਿਆ। 8 ਕਿੱਲੇ ਤੁਹਾਨੂੰ 20 ਲੱਖ ਰੁਪਏ ਦਵਾ ਦਾਂਗੇ ਆਪਾਂ। 8 ਕਿੱਲੇ ਨਹੀਂ ਪਾਉਣੀ ਹੈਗੀ। ਅੱਛਾ, ਆਪਾਂ 4 ਕਿੱਲੇ ਵੀ ਕਰਾਉਣੀ। ਕਿਉਂ 8 ਕਿੱਲੇ ਤਾਂ ਹੈਗੇ ਨਾ, ਸਾਰੀ ਤੇ ਕਰਾ ਲਓ ਨਾਲੇ ਪੈਸੇ ਵੱਧ ਮੈਂ ਜਿਹੜੇ ਕੰਮ ਆ ਜਾਣਗੇ ਤੁਹਾਡੇ। ਓਏ ਆਪਾਂ ਇੰਨਾ ਕੀ ਕਰਨਾ ਹੈ, ਆਪਾਂ 4 ਕਿੱਲੇ ਦੇ ਕਰਾਉਣੀ ਹੈ, ਅਮਰੂ ਵਾਲੇ ਦੇ ਕਿੱਲੇ ਕਰਾਉਣੀ। ਚਲੋ ਉਹ ਤਾਂ ਤੁਹਾਡੀ ਇੱਛਾ ਹੈ, ਜਿਹੜੇ ਮਰਜ਼ੀ ਤੇ ਕਰਾਓ, ਮੈਂ ਤਾਂ ਐਂ ਕਹਿੰਦਾ ਤੁਹਾਡੇ ਪੈਸੇ ਕੰਮ ਆ ਜਾਂਦੇ। ਨਾ ਨਾ, 4 ਕਿੱਲੇ ਦੇ ਬਹੁਤ ਆਪਾਂ ਨੂੰ। 4 ਕਿੱਲੇ ਕਿੰਨੇ ਪੈਸੇ ਦੋਗੇ ਆਪਾਂ ਨੂੰ? 4 ਕਿੱਲੇ ਨੂੰ 8 ਲੱਖ ਰੁਪਏ ਦਵਾ ਦਾਂਗੇ। 8 ਤਾਂ ਘੱਟ ਹੈ ਯਾਰ, ਬਹੁਤ ਜ਼ਿਆਦਾ ਹੈ। ਫਿਰ ਦੇਖ ਲਾਂਗੇ ਕੁਝ ਵਿੱਚ, ਜਾਂ ਐਂ ਕਰ ਲਾਂਗੇ ਥੋੜਾ ਬਹੁਤਾ ਲੋਨ ਲਾਣ ਪਾ ਦੇ ਕੁਛ ਨਾ ਕੁਛ। ਹੋਰਾ ਲੋਨ ਲਾਣ ਪਾ ਕੇ ਤੈਨੂੰ 12 ਲੱਖ ਰੁਪਏ ਦਵਾ ਦੂੰ ਬੈਂਕ ਤੋਂ। ਇਦੋਂ ਵੱਧ ਤਾਂ ਕੋਈ ਬੈਂਕ ਨਹੀਂ ਦੇ ਸਕਦਾ, ਜਿੰਨਾ ਬੈਂਕ ਆਪਣੀ ਬੈਂਕ ਦੇ ਦੂੰ। 15 ਕਰ ਦੂਗਾ? 15 ਨਹੀਂ ਹੋਣਾ, 12 ਲੱਖ ਰੁਪਇਆ ਵੱਧ ਤੋਂ ਵੱਧ ਤੈਨੂੰ ਦਵਾ ਸਕਦਾ। ਅੱਛਾ, 12 ਲੱਖ ਠੀਕ ਹੈ। ਕਿੰਨੇ ਕਿੰਨੇ ਮਿਲ ਜੂ ਪੈਸੇ ਆਪਣੇ? ਬਸ ਤੈਨੂੰ ਹਫ਼ਤੇ ਬਾਅਦ ਰਜਿਸਟਰੀ ਕਰਾ ਕੇ ਤੇਰੇ ਅਕਾਊਂਟ 'ਚ ਪੈਸੇ ਆ ਜਾਣਗੇ। ਅਤੇ ਕੀ ਕਿਉਂ ਚਾਹੀਦਾ ਕਾਗਜ਼ ਪੱਤਰ ਆਪਾਂ ਨੂੰ? ਬਸ ਜਿਹੜੀ ਜ਼ਮੀਨ ਦੀ ਕਰਾਉਣੀ ਆਪਾਂ ਨੂੰ, ਉਹਦੀ ਜਮ੍ਹਾਂਬੰਦੀ ਚਾਹੀਦੀ ਹੈ। ਅੱਛਾ, ਅਤੇ ਜਿਹੜੇ ਬੰਦੇ ਨੂੰ ਜ਼ਮੀਨ ਆ ਉਹ ਡਾਕੂਮੈਂਟ ਚਾਹੀਦੇ ਨੇ ਸਾਰੇ। ਆ ਲੈ, ਜਮ੍ਹਾਂਬੰਦੀ ਦਾ ਕਢਾ ਲੈ ਜੀ, ਕੱਢ ਮੈਂ ਪਰਦਾ ਪੁਰਦਾ ਕਢਾ ਲੈ ਸਾਰੀਆਂ। ਠੀਕ ਹੈ, ਚਲੋ ਸਾਂਝੇ ਖਾਤੇ 'ਚ ਹੋਇਆ ਹੁਣ ਸਾਡੀ ਇਹ ਖਾਤੀ ਵੱਡੀ ਨਿਕਲੀ ਹੈ ਜੀ। ਠੀਕ ਹੈ, ਹੁਣ ਮਾਰਕ ਕੀਤਾ ਹੋਇਆ ਜਿਹੜੀ ਸਾਡੀ ਅਮਰੂਦ ਨਾਂ ਤੇ ਜੀ। ਓਕੇ, ਡਾਕੂਮੈਂਟ ਸਾਰੇ ਤਿਆਰ ਨੇ? ਨੰਬਰ ਪਾਇਆ ਸਾਰਾ ਕੁਝ। ਹਾਂ ਹਾਂ ਹਾਂ, ਮੈਂ ਦੇਖ ਲਿਆ। ਪੱਕਾ ਨਾਮ ਤਾਂ ਅਮਰਿੰਦਰ ਹੈ। ਓਕੇ, ਹਾਂ ਅਮਰਿੰਦਰ ਸਿੰਘ। ਉਹ ਅਸੀਂ ਅਮਰੂ ਕਹਿੰਦੇ ਨਾ ਕੱਚਾ। ਠੀਕ ਹੈ, ਹੋਰ ਇਹਦਾ ਆਧਾਰ ਕਾਰਡ ਪੈਨ ਕਾਰਡ? ਹਾਂ, ਆਧਾਰ ਕਾਰਡ ਪੈਨ ਕਾਰਡ ਸਾਰਾ ਚਾਹੀਦਾ ਆਪਾਂ ਨੂੰ ਪ੍ਰੂਫ। ਇਹਦੇ ਆਧਾਰ ਕਾਰਡ, ਆ ਪੈਨ ਕਾਰਡ। ਠੀਕ ਹੈ, ਆ ਇਹਦਾ 5ਵੀਂ ਦਾ ਸਰਟੀਫਿਕੇਟ ਹੈ। ਬਸ ਪੜ੍ਹਾਈ ਤਾਂ ਆਪਾਂ ਨੂੰ ਐਡੀ ਲੋੜ ਵੀ ਨਹੀਂ ਹੁੰਦੀ, ਚੱਲ ਲਾ ਦਾਂਗੇ ਨਾਲ ਉਂਝ। ਆਓ ਦੇਖ ਲਈ। ਹਾਂ, ਹੋਰ ਕੀ ਕੁਝ? ਬਸ ਇਹੀ ਚਾਹੀਦਾ ਆਪਾਂ ਨੂੰ ਤਾਂ ਮੇਨ ਤਾਂ। ਅੱਛਾ, ਹਾਂ ਤੇ ਫਿਰ ਮੇਰੇ ਕੋਲ ਫਾਈਲ ਹੈਗੀ, ਆਪਾਂ ਅੱਜ ਕਰਾਈ ਲੈਨੇ ਆ ਸਾਈਨ ਜੇ ਹੈਗਾ। ਹੋਰ ਹੀ ਸਾਈਨ ਤਾਂ ਕਰਾ ਲੈਨੇ ਆ, ਪਰ ਬਾਈ ਬਣ ਕੇ ਫੜਦਾ ਰੱਖੀ ਗੱਲ ਦਾ ਚੰਗਾ, ਤੇਰੇ ਹੋਰ ਪਿੰਡ ਪੁੱਤ ਦਾ ਸੀ ਕਿਸੇ ਨੂੰ? ਨਾ ਨਾ, ਆਪਣਾ ਤਾਂ ਭਾਈ ਲੈਂਟਾ ਲੁੰਟਾ ਦਾ ਕੰਮ ਫੜਦੇ ਵਾਲੇ ਹੁੰਦਾ। ਨਾ 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 ਨਾ, ਆਪਣਾ ਇਹੋ ਜਿਹਾ ਕੋਈ ਗੱਲ ਨਹੀਂ, ਹਰੇਕ ਬੰਦੇ ਦੀ ਪ੍ਰਾਈਵੇਸੀ ਹੁੰਦੀ ਆ। ਅਗਲਾ ਹਰੇਕ ਬੰਦਾ ਮਖੌਲ ਕਰਦਾ ਅਗਲਾ ਨਾ, ਵੱਡੇ ਧਨਾ ਰੱਖਦੇ ਹੈ। ਨਾ ਨਾ, ਤੁਹਾਡੀ ਗੱਲ ਜਦੋਂ ਲਿਫਟਾ ਲੈ ਲਓ ਟਾਈਮ ਪਾਸ। ਨਾ ਨਾ, ਇਹੀ ਤੁਹਾਨੂੰ ਕੀ ਪ੍ਰੋਬਲਮ ਨਹੀਂ ਆਉਂਦੀ ਹੈਗੀ, ਆਪਣਾ ਜਿਹੜਾ ਸਿਸਟਮ ਹੈ ਸਾਰਾ ਪ੍ਰਾਈਵੇਸੀ 'ਚ ਹੋਊਗਾ, ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਬਾਈ ਬਣ ਕੇ। ਚੰਗਾ, ਨਾ ਕੋਈ ਚੱਕਰ ਹੀ ਨਹੀਂ ਉਹ ਤਾਂ। ਅਮਰੂ ਓਏ, ਓਏ ਅਮਰੂ, ਬਸ ਕੋਈ ਗੱਲ ਨਹੀਂ। ਆ ਜਾ ਹੁਣ, ਹੈਲੋ ਭਾਈ ਤਾਂ ਕਰਾਉਂਦਾ। ਅੱਛਾ ਠੀਕ, ਬੈਠੇ ਲਾਊਗਾ। ਅੱਛਾ, ਬਿੱਲ ਦੇਣਾ ਹੈ ਬਈ? ਹੈ ਬਿੱਲ ਨਹੀਂ, ਪੈਸੇ ਲੈਣਾ ਬੈਂਕ ਤੋਂ ਆਪਾਂ, ਉੱਥੇ ਨੂੰ ਪਾਵਾਂਗੇ। ਆ ਜਾ ਇੱਧਰ ਵੀ ਆ, ਲਾ ਅੰਗੂਠਾ। ਆ ਜਾ ਬਈ, ਜਫੜ ਲਾ ਦੇ। ਇੱਥੇ ਲਾਵਾਂ ਬਈ? ਇੱਥੇ ਲਾ ਦੇ। ਹਾਂ, ਕਿਹਨੇ ਬਣਾਉਣਾ? ਗਰੰਟੀ ਦੀ ਲੋੜ ਤਾਂ ਨਹੀਂ ਹੈਗੀ।
ਗਰੰਟਰ ਦੀ ਜੇ ਤੁਸੀਂ ਕਰ ਦੋਗੇ ਤਾਂ ਵਧੀਆ ਤੁਸੀਂ ਬਣ ਜਾਣਾ ਹੋਣਾ ਹੈ। ਅੱਛਾ ਚਲ ਫਿਰ ਚਲਾ ਦਾਂਗੇ, ਫਿਰ ਚਲਾ ਦਾਂਗੇ ਫਿਰ ਕੋਈ ਗੱਲ ਨਹੀਂ। ਹੁਣ ਤਾਂ ਅਸੀਂ ਲੈਂਦੇ ਹਾਂ ਗਰੰਟਰ, ਚਲ ਹੁਣ ਤੁਹਾਡੇ ਆਪਣੇ ਘਰ ਦੀ ਗੱਲ ਚੱਲਣਾ ਪ੍ਰੇਮ ਆ ਚੱਲ ਚਲਾ ਗਲਤ ਮਲਤ ਕੰਮ ਆ ਜਾਂਦਾ ਪਹਿਲਾਂ ਮੇਰੀ ਕਿੰਨੀ ਵਜੇ ਲੈਂਦੇ ਚੱਲ ਜਾਵੇ ਤੇ। ਹਾਂ ਬਹੁਤ ਥੋੜਾ ਸਿਰ ਸਕੋਰ ਵਧੀਆ ਹੈਗਾ, ਇੱਕ ਆ ਪ੍ਰੂਫ ਆ ਨਾਲੇ ਦਾ ਸਿਬਲ ਸਕੋਰ ਬਣ ਜੂ ਵਧੀਆ। ਹੈ ਲੈ ਵੀ ਅੱਜ ਤੱਕ ਨਾਲੇ 4 ਰੁਪਏ ਇਕੱਠੇ ਹੋ ਜਾਂਦੇ ਨੇ, ਉਹ ਤਾਂ ਹੁੰਦੇ ਨਹੀਂ ਜੇ ਫਸਲਾਂ। ਹਾਂ ਉਹ ਤਾਂ ਬਈ ਆਪਾਂ ਹੁਣੀ ਪਾਵਾਂਗੇ ਕੋਠੀ ਤੇ, ਹੋਰ ਹੁਣ ਬਸ ਪੈਸੇ ਆ ਜਾਣਗੇ ਆਪਾਂ ਨੂੰ ਹਫ਼ਤੇ 10 ਦਿਨਾਂ ਤੱਕ ਕੋਠੀ ਪਾ ਦਾਂਗੇ। ਬਸ ਇੱਕ ਇੱਥੇ ਕਰ ਲਵਾਂਗੇ ਸੋਹਣਾ ਜਿਹਾ। ਚੰਗਾ ਬਈ ਕੋਈ ਠੰਡੀ ਮਸ਼ੀਨ ਲਾ ਕੇ ਬਸ ਓਕੇ ਗਰਮੀ ਠੀਕ ਹੈ ਤੇ ਬਾਜ ਜਾ ਸੰਨੇ ਲਾ ਦੇ ਮੈਂ ਤੁਹਾਨੂੰ ਕਰ ਦਾਂਗੇ ਬਾਜ ਦਾ ਬਾਜ ਦਾ ਬਸ ਕੋਈ ਗੱਲ ਤੇ ਮੈਂ ਘਰ ਦੀ ਗੱਲ ਹੈ ਕੋਈ ਗੱਲ ਨਹੀਂ ਬਾਈ ਬਣ ਕੇ ਗੱਲ ਪੜ ਗਈ ਰੱਖੀ ਜਗਾ ਨਾ ਨਾ ਮਹਾ ਜਮੀ ਚਿੰਤੇ ਨਾ ਕਰ ਨਹੀਂ ਪਤਾ ਕੀ ਗੱਲ ਹੈ ਤੈਨੂੰ ਪਤਾ ਜੀ ਗੱਲ ਲੋਕ ਚੱਕਾ ਦੇਵੇਗੇ ਨਾ ਭਾਈ ਨੂੰ ਭਾਈ ਨਾਲ ਲੜਾ ਦੇਣਗੇ ਨਾ 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 ਆਪਣਾ ਉਹ ਕੰਮ ਨਹੀਂ ਬਾਹਲਾ ਸੋਚਦਾ ਆਪਣਾ ਉਹ ਕੰਮ ਨਹੀਂ ਆਪਣਾ ਤੇਰੇ ਨਾਲ ਘਰ ਵਾਲਾ ਕੰਮ ਹੈਗਾ ਆਪਾਂ ਜਮੀ ਪਤਾ ਨਹੀਂ ਲੱਗਣ ਦਿੰਦੇ ਕਿਸੇ ਨੂੰ ਵੀ ਆਪਣੀ ਬੈਂਕ ਦੀ ਪੂਰੀ ਪ੍ਰਾਈਵੇਸੀ ਹੈ ਨਹੀਂ ਅਗਲਾ ਪਤਾ ਕੀ ਕਹਿੰਦਾ ਯਾਰ ਵੀ ਇਹਦੇ ਬਾਹਰ ਤੇ ਲੋਨ ਕਰਵਾ ਲੈਣ ਨਾ ਨਾ ਚਲੋ ਉਹ ਤਾਂ ਤੁਹਾਡਾ ਸਾਂਝਾ ਖਾਤਾ ਪਤਾ ਮੇਰਾ ਸਾਂਝਾ ਖਾਤਾ ਹੈ ਸਾਡਾ ਭਾਈ ਹੈ ਯਾਰ ਹਾਂ ਹਾਂ ਕੋਈ ਚੱਕਰ ਨਹੀਂ ਤਾਂ ਤੁਹਾਨੂੰ ਆਇਆ ਵੀ 4 ਕਿੱਲੇ ਸਾਡੇ ਖਾਲੀ ਰਹਿ ਜਾਣਗੇ ਹਾਂ ਚੱਲ 4 ਤੇ ਲਿਮਟ ਹੋ ਕੇ ਅਸੀਂ ਕੋਠੀ ਪਾ ਲਾਂਗੇ ਹਾਂ ਚੱਲ ਘਰ ਬਣ ਜੂਗਾ ਵਧੀਆ ਹੋ ਜੂਗਾ ਐ ਤਾਂ ਪੈਸੇ ਜੁੜਦੀ ਨਹੀਂ ਬਾਈ ਨਾ ਨਾ ਐ ਨਹੀਂ ਜੁੜਦੇ ਠੀਕ ਹੈ ਗੱਲ ਜੀ ਚਾਹ ਪਾਣੀ ਸੇ ਬਸ ਨਾ ਬਸ ਥੈਂਕ ਯੂ ਚੰਗਾ ਫਿਰ ਅੰਦਰ ਮੈਂ ਚੱਲਦਾ ਹੈ ਚੱਲ ਚੰਗਾ ਬਸ ਠੀਕ ਹੈ ਕਰਦੇ ਘੜਾ ਟੈਲੀਫੋਨ ਮੈਨੂੰ ਬਸ ਮੈਂ ਤੈਨੂੰ ਹਫ਼ਤੇ ਬਾਅਦ ਟੈਲੀਫੋਨ ਕਰੂੰਗਾ ਤੁਸੀਂ ਬੈਂਕ ਆ ਆਪਣਾ ਕਚਹਿਰੀਆਂ 'ਚ ਆ ਜਾਓ ਰਜਿਸਟਰੀ ਹੋ ਕੇ ਤੁਹਾਨੂੰ ਨਾਲ ਦੀ ਨਾਲ ਪੈਸੇ ਦਵਾ ਦਾਂਗੇ ਲੈ ਕੇ ਆਉਣਾ ਪੂਰ ਵਾਲੇ ਨੂੰ ਇਹਨੂੰ ਨਾਲ ਲਿਆਉਣਾ ਪਊਗਾ ਜੀ ਫਿਰ ਰਜਿਸਟਰੀ ਹਾਂ ਚੱਲ ਲਿਆਉਂਗਾ ਕੋਈ ਰਜਿਸਟਰੀ ਹੋ ਗਈ ਜੀ ਉੱਥੇ ਟੈਂਸ਼ਨ ਨਹੀਂ ਹੋਣਗੇ ਠੀਕ ਆ ਜੀ ਫਿਰ ਓਕੇ ਚੰਗਾ ਬਾਈ ਠੀਕ ਆ ਇਹ ਕੌਣ ਸੀ ਜੀ ਬੈਂਕ ਵਾਲਾ ਸੀ ਹੋਰ ਕੌਣ ਸੀ ਬੈਂਕ ਵਾਲਾ ਉਰੇ ਕੀ ਕਰਨ ਆਇਆ ਸੀ ਉਰੇ ਬੈਠ ਬੋਲੀਏ ਜਾ ਕੇ ਸਮਝਾਵਾਂ ਇਹਦਾ ਆਪਾਂ ਲੋਨ ਕਰਵਾ ਰਹੇ ਹਾਂ ਵਾਹਨ ਤੇ ਕਿ ਲੋਨ ਕਰਾਉਣ ਦੀ ਕੀ ਲੋੜ ਪੈ ਗਈ ਹੁਣ ਉਹ ਯਾਰ ਪੈਸੇ ਦੀ ਲੋੜ ਕਿਹਨੂੰ ਨਹੀਂ ਹੁੰਦੀ ਚੰਦ ਸੂਰ ਨੂੰ ਛੱਡ ਕੇ ਹੈ ਹਰੇਕ ਬੰਦੇ ਨੂੰ ਪੈਸੇ ਦੀ ਲੋੜ ਹੁੰਦੀ ਇੱਥੇ ਨਾਲੇ ਆਪਾਂ ਕਿਹੜਾ ਆਪਦੇ ਵਾਹਨ ਤੇ ਲੋਨ ਕਰਵਾ ਰਹੇ ਹਾਂ ਇਹ ਤਾਂ ਅਮਰੂ ਵਾਲੇ ਵਾਹਨ ਤੇ ਲੋਨ ਕਰਵਾਉਣੇ ਆਪਾਂ ਅਮਰੂ ਵਾਲੇ ਵਾਹਨ ਤੇ ਨਾ ਅਮਰੂ ਵਾਲੇ ਵਾਹਨ ਤੇ ਕਿਉਂ ਕਰਾਉਣੇ ਆ ਫਿਰ ਆਪਾਂ ਉਹ ਯਾਰ ਹੋ ਕੀ ਰਿਹਾ ਤੇਰੇ ਦਿਮਾਗ ਨੂੰ ਮੇਰੀ ਗੱਲ ਸੁਣੇ ਖਾਂਦਾ ਗੋਲੀਆਂ ਕੱਟੇ ਹੈ ਐਵੇਂ ਚੱਕ ਚਕਾ ਕੇ ਕਰਕੇ ਕਿਸੇ ਨੇ ਉਹਨੂੰ ਕੋਈ ਤੀਮੀ ਤੂਮੀ ਲਿਆ ਤੀ ਅੱਡ ਉੱਡ ਹੋ ਗਿਆ ਇੱਥੇ ਪੱਲੇ ਕੁਛ ਨਹੀਂ ਰਹਿਣਾ ਆਪਣੇ ਹੈ ਆਪਦੇ 4 ਕਿੱਲੇ ਬਣਾ ਕੇ ਉਹਦੀ ਅੱਡ ਹੋ ਜੂਗਾ ਅੱਜ ਕੱਲ੍ਹ ਲੋਕ ਉਂਗਲੀਆਂ ਲਾਉਣ ਮਿੰਟ ਲਾਉਂਦੇ ਨੇ ਨਾ ਜੇ ਕੱਲ੍ਹ ਕਲਾਉਣੇ ਭੂਆ ਹੋਰਾਂ ਨੂੰ ਪਤਾ ਲੱਗ ਗਿਆ ਐਵੇਂ ਰੌਲਾ ਪਾਉਣਗੀਆਂ ਫਿਰ ਖਾਮ ਖਾਦਾ ਕਲੇਸ਼ ਛਿੜੂਗਾ ਘਰ ਚ ਰੌਲਾ ਪਾਉਣਾ ਆਪਾਂ ਭਲਾ ਬਹਿ ਕਰਾਉਣੇ ਵਾਹਣ ਹੈ ਆਪਾਂ ਤਾਂ ਲੋਨੇ ਲੈਤਾ ਵਾਹਣ ਤੇ ਨਾਲੇ ਦੂਜੀ ਗੱਲ ਇਹ ਹੈ ਜੇ ਗੋਲੀਆਂ ਕੱਟੇ ਖਾਂਦਾ ਖਬਰ ਆ ਗੱਲ ਕਰਾਂ ਨੂੰ ਕਿਸੇ ਨੂੰ ਕੁਝ ਹੋ ਗਿਆ ਲੋਕ ਇੱਥੇ ਰਿਸ਼ਤੇਦਾਰ ਦੀ ਕਹਿਣਗੇ ਬੰਡੀਆਂ ਪਾਉਣ ਲੱਗ ਨੇ ਵਾਹਣ ਦੀਆਂ ਹੈ ਇਹ ਕੋਈ ਕਹਿੰਦੇ ਅਮਰੂ ਸਾਡਾ ਦੀ ਅਮਰੂ ਸਾਡਾ ਦੀ ਗੋਲੀਆਂ ਕੱਟੇ ਵੀ ਤੁਸੀਂ ਖਵਾਉਣੇ ਹੋਗੇ ਤੁਸੀਂ ਲਾਇਆਗਾ ਇਹ ਗੱਲ ਸੁਣ ਲੈ ਜਿੰਨੇ ਰੁਪਈਏ ਆਉਣਗੇ ਚੁੱਪ ਕਰਕੇ ਤੇਰੇ ਖਾਤੇ 'ਚ ਰੱਖ ਦਾਂਗੇ ਆਪਾਂ ਵਧੀਆ ਕੋਠੀ ਕਾਠੀ ਪਾ ਲਾਂਗੇ 4 ਕਿੱਲੇ ਆਪਣੇ ਕੋਲੇ ਜਮਾ ਐਨ ਸਾਫ ਹੋਣਗੇ ਨਾ ਲੋਨ ਨਾ ਫੋਨ ਕੋਈ ਕੋਈ ਚੀਜ਼ ਨਹੀਂ ਹੋਊਗੀ ਹੈ 14-15 ਲੱਖ ਰੁਪਏ ਹੋਊਗਾ ਮੈਂ ਉਹਦੇ ਨਾਲ ਜ਼ਿੰਦਗੀ ਘੈਂਟ ਕੱਢਾਂਗੇ ਉਹਦੀ ਕਾਹਦੀ ਜ਼ਿੰਦਗੀ ਘੈਂਟ ਕੱਢਾਂਗੇ ਨਾ ਜੇ ਰੌਲਾ ਪੈ ਗਿਆ ਨਾ ਤੈਨੂੰ ਸੁਭਾਅ ਦਾ ਪਤਾ ਨਹੀਂ ਹੈਗਾ ਭੂਆ ਦੇ ਦਾ ਕਿੰਨੀ ਭੈੜੀ ਹੈਗੀ ਉਹ
ਮੇਰੀ ਗੱਲ ਸੁਣ ਲੈ, ਤੁਸੀਂ ਤਾਂ ਉਹੀ ਗੱਲਾਂ ਕਰਦੇ ਹੋ। ਸਾਰੀ ਗੱਡੀ ਮੋਟਰਸਾਈਕਲ ਤੇ ਕਿਹੜੇ ਨੇ, ਗੱਡੀ ਗੁੱਡੀ ਚ ਬੈਠਣ ਨੇ ਕਿਹੜੇ ਨੇ, ਫਿਰ ਇਹਦੇ ਭੋਲੇ ਪਾਉਣ ਦਾ ਫਾਇਦਾ ਕਿਉਂ ਚੱਕਦੇ ਹੋ ਤੁਸੀਂ? ਓਏ ਹੋਰ ਕਰਾਉਣਾ ਕੀ ਇਹ ਤੋਂ, ਹੈ ਰੋਟੀ ਆਪਾਂ ਦਿੰਦੇ ਆ, ਪਾਣੀ ਆਪਾਂ ਦਿੰਦੇ ਆ, ਦੁੱਧ ਪਾਣੀ ਆਪਾਂ ਦਿੰਦੇ ਆ, ਦਵਾਈ ਬੂਟੀ ਆਪਾਂ ਦਿੰਦੇ ਇਹਨੂੰ ਆਪਾਂ, ਹੈ ਕੀ ਕਰਨਾ ਬਾਣੇ ਨੇ ਬੁੱਕੀ ਖਾਣੇ ਨੇ, ਪਰ ਕਿਉਂ ਸਾਰੀ ਉਮਰ ਪਈ ਆ, ਕਿਉਂ ਨਹੀਂ ਹੋ ਸਕਦਾ ਗਾ, ਬਥੇਰਾ ਵਿਆਹ ਹੋ ਜੂਗਾ ਇਹਦਾ, ਤੁਸੀਂ ਤਾਂ ਇਹ ਸੋਚ ਲਿਆ ਵੀ ਬਸ ਆ ਹੀ ਰਹੂਗਾ ਸਾਰੀ ਜ਼ਿੰਦਗੀ ਇਹ। ਮੇਰੇ ਸਾਲੇ ਦਾ ਬੋਤਲੇ ਬੋਤਲ ਕੁੱਟੂ ਮੈਂ, ਜ਼ਿਆਦਾ ਵੱਡੀ ਮਾਂ ਬਣਦੀ ਫਿਰਦੀ ਤੂੰ। ਮੈਨੂੰ ਤਾਂ ਫਿਰ ਡਰ ਲੱਗਦਾ ਕਲੇਸ਼ ਤੋਂ। ਜੇ ਡਰ ਲੱਗਦਾ ਚਾਰ ਦਿਨ ਪੇਕੇ ਲਾਇਆ ਵੀ, ਨਾਲ ਤਾਂ ਕੰਮ ਕਰਦੇ 24 ਘੰਟੇ ਨਾਲ ਉਹ ਕਰਦੇ ਆ। ਤੁਹਾਡੀਆਂ ਤਾਂ ਉਹੀ ਗੱਲਾਂ ਰਹਿ ਗਈਆਂ ਬਸ ਫਿਰ। ਉਹ ਵੀ ਆਪਾਂ ਕਾਗਜ਼ ਪੱਤਰ ਮਾਰੀ ਰੱਖ ਦੇ, ਨਾਲੇ ਜੇ ਗਾਂ ਕਿਸੇ ਕੋਲ ਸਾਹ ਕੱਢਿਆ ਨਾ ਮੂੰਹੇ ਮੂੰਹ ਕੁੱਟੂ, ਸਮਝੀ ਮੇਰੀ ਗੱਲ? ਤੁਸੀਂ ਤਾਂ ਆਪਦੀ ਮਰਜ਼ੀ ਕਰਨੀ ਹੈ, ਬਣਾਉਣੀ ਹੈ ਰੋਟੀ ਤਾਂ ਹਜੇ ਮੈਂ। ਭਾਈ ਮਿੱਤਰਾ ਜਿੰਨੇ ਧੱਕੇ ਖਾਣੇ ਸੀ ਮੋਟਰਸਾਈਕਲ ਤੇ ਖਾ ਲਏ, ਕਰੀਏ ਸਕਾਰਪੀਓ ਇਹਨਾਂ ਦੀ ਤਿਆਰੀ। ਅਮ੍ਰਿਤਿਆ ਹਾਂ ਮੁੱਕੋ, ਤੂੰ ਕਿੱਥੇ ਵਗ ਗਿਆ ਸੀ? ਮੈਂ ਤਾਂ ਮੁੱਕੋ ਮੈਂ ਸਲਾ ਬਰਾਂਡਾ ਸੰਪਰਦਾ ਦੀਗਾ, ਮੈਂ ਤਾਂ ਤੈਨੂੰ ਕਦੀ ਲੱਭਦੀ ਫਿਰੇ ਜਾਨੀ ਆ। ਓਰੇ ਆ ਦਵਾਈ ਖਾ, ਸਾਰੀ ਦਵਾਈ ਮੁੱਕੋ ਬੈਠ ਰਹੀ ਆ, ਦੇਖ ਹੁਣ ਸੋਹਣਾ ਲੱਗਦਾ ਨਾ, ਐਂ ਬਣ ਠਣ ਕੇ ਰਿਹਾ ਕਰ, ਨਾਲੇ ਕੱਪੜੇ ਵੀ ਹੋਰ ਪਾਇਆ ਕਰ ਵਧੀਆ। ਠੀਕ ਆ ਮੁੱਕੋ, ਮੈਂ ਤੈਨੂੰ ਲਿਆ ਕੇ ਦਊਂਗੀ, ਦਾੜੀ ਕਟਾਇਆ ਜੀ ਮੁੱਕੋ, ਹਾਂ ਸੋਹਣਾ ਲੱਗ ਰਿਹਾ, ਐਂ ਰਿਹਾ ਕਰ, ਦੇਖਿਆ ਕਿੰਨਾ ਵਧੀਆ ਲੱਗਦਾ। ਆ ਲੈ ਦਵਾਈ ਖਾ, ਮੈਂ ਕਰਦੀ ਲੱਭਦੀ ਹਾਂ ਤੈਨੂੰ, ਤੇਰੀ ਦਵਾਈ ਦਾ ਟਾਈਮ ਹੋ ਗਿਆ। ਮੇਰੀ ਕਾਹਦੀ ਦਵਾਈ ਮੁੱਕੋ, ਤੇਰੇ ਤੇ ਤਾਕਤ ਆ ਜੂਗੀ, ਮੈਂ ਤੈਨੂੰ ਕਿਹਾ ਸੀ ਨਾ ਦਵਾਈ ਲਿਆ ਕੇ ਦਊਂਗੀ ਹਸਪਤਾਲ ਤੋਂ, ਨਾਲੇ ਤੇਰਾ ਜਿਹੜਾ ਸਰੀਰ ਦੁਖਦਾ ਉਹ ਵੀ ਬੰਦ ਹੋ ਜੂਗਾ, ਤੇਰੇ ਗੋਡੇ ਪੁੱਟੇ ਸਾਰੇ ਆਰਾਮ ਆ ਜਾਣੀਆਂ। ਆ ਫੜ ਲੈ, ਹੁਣ ਤਾਂ ਦੁਖਦਾ ਨਹੀਂ ਮੁੱਕੋ, ਮੈਂ ਖਾਂਦਾ ਨਹੀਂ, ਮੈਨੂੰ ਤਾਂ ਬਾਈ ਨੇ ਲਿਆ ਦੀ ਦਵਾਈ, ਮੈਂ ਤਾਂ ਉਹੀ ਖਾਂਦਾ ਹੁੰਦਾ। ਕਿਹੜੇ ਬਾਈ ਨੇ ਲਿਆਤੀ? ਬਾਈ ਨੇ, ਜੀਜੇ ਨੇ। ਕਿੱਥੇ ਆ ਦਵਾਈ? ਖੇਤ ਪਈ ਆ ਕੋਠੇ 'ਚ ਬਾਈ। ਤੂੰ ਫੇਰ ਖਾਈ ਆ ਉਹ ਦਵਾਈ? ਮੈਂ ਤੈਨੂੰ ਕਿਹਾ ਸੀ ਉਹ ਦਵਾਈ ਨਹੀਂ ਖਾਣੀ ਹੈਗੀ, ਤੈਨੂੰ ਮੈਂ ਲਿਆ ਕੇ ਦਊਂਗੀ ਮੁੱਕੋ, ਉਹਦੇ ਬਿਨਾਂ ਮੇਰਾ ਫਿਰ ਮੇਰੇ ਹੱਡ ਗੋਡੇ ਦੁਖਣੋਂ ਨਹੀਂ ਹਟਦੇ ਹੈਗੇ। ਤੈਨੂੰ ਮੈਨੇ ਮਨਾ ਕਰਿਆ ਸੀ ਨਾ, ਕੋਈ ਨਾ। ਅਮਨ ਭੈਣ, ਆ ਦੇਖ ਲਾ, ਜੀਜੇ ਨੇ ਫੇਰ ਇਹਨੂੰ ਗੋਲੀਆਂ ਲਿਆ ਕੇ ਦੇਤੀਆਂ, ਨਾਲੇ ਮੈਂ ਕਿਹਾ ਸੀ ਵੀ ਨਾ ਲਿਆ ਕੇ ਦਿਓ, ਤੁਹਾਨੂੰ ਵੀ ਮੈਂ ਸਮਝਾਇਆ ਸੀ, ਇਹਨੂੰ ਫੇਰ ਨਸ਼ੇ ਦੀ ਦਵਾਈ ਲਿਆ ਕੇ ਦੇਤੀ। ਮੁੱਕੋ ਕੀ ਕਰੀਏ ਫਿਰ, ਜਦੋਂ ਨਸ਼ੇ ਤੇ ਲੱਗ ਗਿਆ ਨਾ, ਫਿਰ ਤੇਰੇ ਜੀਜੇ ਨੂੰ ਲਿਆ ਕੇ ਦੇਣੀ ਪੈਂਦੀ ਹੈ ਦਵਾਈ। ਭੈਣੇ ਇਹਨੇ ਮਰ ਜਾਣਾ, ਗੱਲ ਪੈ ਜਾਊਗਾ ਉਲਟਾ ਤੁਹਾਡੇ। ਨਸ਼ੇ ਦੀਆਂ ਨਹੀਂ ਹੈਗੀਆਂ ਭਾਬੀ, ਤੂੰ ਹੀ ਦੁੱਖ ਦੀਦੀਆਂ ਨੇ ਉਹ ਤਾਂ। ਮੈਂ ਤਾਂ ਜੀਜੇ ਦੀ ਨਾ ਪੁਲਿਸ ਕੰਪਲੇਂਟ ਕਰਦੀ ਆ, ਐ ਨਹੀਂ ਉਹਨੇ ਲੋਟਣ। ਆ ਕੀ ਕਹੀ ਜਾਂਦੀ ਆ ਤੂੰ, ਹੋਰ ਕੀ ਕਰਾਂ? ਨਾ ਨਾ ਆ ਕੁਛ ਨਾ ਕਰੀ ਤੂੰ। ਅਮਰੋ ਮੁੱਕੋ ਪੁਲਿਸ ਨੂੰ ਨਾ ਦੱਸੀ, ਮੇਰ ਮੈਨੂੰ ਗੋਲੀਆਂ ਕੌਣ ਲਿਆ ਕੇ ਦਿਆ ਕਰੂ ਬਾਈ ਤੋਂ ਬਿਨਾ। ਅਮਰੋ ਮੇਰੀ ਗੱਲ ਸੁਣ, ਚੱਲ ਤੂੰ ਉਹ ਦਵਾਈ ਨਾ ਖਾਈ, ਜਿਹੜੀ ਦਵਾਈ ਤੈਨੂੰ ਮੁੱਕੋ ਦਿੰਦੀ ਆ ਨਾ ਇਹ ਖਾ ਲਿਆ ਕਰ ਤੂੰ ਗੋਲੀਆਂ। ਭਾਬੀ ਬਾਈ ਗਾਲਾਂ ਦਿੰਦਾ ਫਿਰ ਮੈਨੂੰ ਮੁੱਕੋ, ਫਿਰ ਤੂੰ ਐਂ ਕਰੀ ਜਦੋਂ ਬਾਈ ਹੁੰਦਾ ਨਾ ਤੂੰ ਮੈਨੂੰ ਉਦੋਂ ਨਾ ਬੁਲਾਇਆ ਨਾ ਕਰ, ਮੇਰੇ ਕੋਲੇ ਬੈਠਿਆ ਨਾ ਕਰ ਮੁੱਕੋ। ਕਿਉਂ? ਬਾਈ ਗਾਲਾਂ ਦਿੰਦਾ ਹੈਗਾ। ਹਾਂ ਮੁੱਕੋ ਤੈਨੂੰ ਮੈਂ ਵੀ ਕਿਹਾ ਸੀ ਵੀ ਜਦੋਂ ਤੇਰੇ ਜੀਜਾ ਜੀ ਹੁੰਦੇ ਆ ਨਾ ਕੋਲ ਤੂੰ ਨਾ ਬੁਲਾਇਆ ਕਰ, ਐਵੇਂ ਖਾਮ ਖਾ ਦਾ ਘਰ ਚ ਕਲੇਸ਼ ਪੈ ਜਾਂਦਾ ਫਿਰ, ਤੈਨੂੰ ਪਤਾ ਤਾਂ ਹੈਗਾ ਮੁੱਕੋ। ਅਮਰੂ ਤੂੰ ਨਾ ਖਾਇਆ ਕਰ ਉਹ ਦਵਾਈ, ਕੋਈ ਗੱਲ ਨੀ ਜੇ ਲਿਆ ਕੇ ਦੇਤੀ ਨਾ ਤੂੰ ਨਾ ਖਾਈ, ਆ ਜਿਹੜੀ ਮੁੱਕੋ ਦਿੰਦੀ ਆ ਦਵਾਈ ਉਹੀ ਖਾ ਲਿਆ ਕਰ ਬਸ, ਇਹਦੇ ਨਾਲ ਤੂੰ ਠੀਕ ਰਹੇਗਾ।
ਚੰਗਾ ਭੈਣੇ ਮੈਂ ਜੀਜੇ ਨੂੰ ਨਾਲੇ ਦੱਸਿਆ ਵੀ ਇਹਦੇ ਗੁਰਦੇ ਵੀ ਖਰਾਬ ਹੋਏ ਪਏ ਨੇ, ਉਹਨੂੰ ਫੇਰ ਨੀ ਸਮਝ ਆਉਂਦੀ ਹੈਗੀ, ਫੇਰ ਲਿਆ ਕੇ ਇਹਨੂੰ ਦਵਾਈ ਦੇਤੀ ਤੇ ਮੈਨੂੰ ਲੱਗਦਾ ਇਦਾਂ ਲੋਟ ਆਣਾ ਨੀ ਹੈਗਾ। ਮੁੱਖ ਮੈਂ ਠੀਕ ਤਾਂ ਹੈਗਾ, ਮੈਨੂੰ ਤਾਂ ਕੁਛ ਨੀ ਹੋਇਆ, ਮੈਨੂੰ ਦਵਾਈਆਂ ਨਾ ਦਿਆ ਕਰ, ਮੈਂ ਤਾਂ ਉਹੀ ਦਵਾਈ ਖਾਊਂਗਾ ਜਿਹੜੀ ਬਾਈ ਨੇ ਲਿਆ ਕੇ ਦਿੱਤੀ ਦੀ। ਮੇਰੀ ਗੱਲ ਸੁਣ, ਨਹੀਂ ਖਾਣੀ ਹੈਗੀ ਉਹ ਦਵਾਈ, ਜਦੋਂ ਤੈਨੂੰ ਮੁੱਖੋ ਦਵਾਈ ਦੇਈ ਜਾਂਦੀ ਉਹ ਕਿਉਂ ਨੀ ਖਾਂਦਾ ਤੂੰ? ਭਾਬੀ ਮੈਨੂੰ ਇਹ ਕੰਮ ਹੀ ਨੀ ਕਰਦੀ ਹੈਗੀ। ਤੂੰ ਐ ਖੜੀ, ਜਿਹੜੀ ਤੈਨੂੰ ਦਵਾਈ ਲਿਆ ਕੇ ਦਿੱਤੀ ਆ ਮੈਨੂੰ ਦੇ, ਮੈਂ ਸਿੱਟ ਕੇ ਆਉਂਗੀ, ਆ ਦਵਾਈ ਖਾਣੀ ਆ। ਮੈਂ ਨਹੀਂ ਦਿੰਦਾ ਮੁੱਖੋ। ਮੁੱਖੋ ਮੈਨੂੰ ਪਤਾ ਪੁਲਿਸ ਤੋਂ ਬਿਨਾਂ ਉਹਨੇ ਨਹੀਂ ਸੁਧਰਨਾ ਹੈਗਾ, ਇਹੋ ਜਿਹੇ ਬੰਦੇ ਪੁਲਿਸ ਤੇ ਹੀ ਲੋਟ ਆਉਂਦੇ ਨੇ। ਨਾ ਨਾ, ਆ ਪੁਲਿਸ ਵਾਲਾ ਸਟੈਪ ਨਾ ਚੱਕ। ਫਿਰ ਹੋਰ ਕੀ ਕਰਾਂ ਮੈਂ? ਦੇਖ ਮੁੱਖੋ, ਤੇਰੇ ਜੀਜੇ ਦਾ ਸੁਭਾਅ ਦਾ ਤੈਨੂੰ ਪਤਾ ਗਾ, ਜੇ ਤੂੰ ਪੁਲਿਸ ਤੱਕ ਜਾਏਂਗੀ ਨਾ ਐਵੇਂ ਮੇਰਾ ਘਰ ਪੱਟਿਆ ਜਾਊਗਾ। ਬਾਕੀ ਤੂੰ ਨਾ ਪਿਆਰ ਨਾਲ ਅਮਰੂ ਨੂੰ ਇਹ ਦਵਾਈ ਦਿੰਦੀ ਰਹਿ, ਹੌਲੀ ਹੌਲੀ ਇਸ ਦਵਾਈ ਤੇ ਲੱਗ ਜੂਗਾ। ਬਾਕੀ ਮੈਂ ਖਾਣ ਪੀਣ ਚ ਕੋਈ ਕਸਰ ਨਹੀਂ ਛੱਡਦੀ, ਦੁੱਧ ਘਿਓ ਸਭ ਕੁਛ ਦਿਆ ਕਰੂੰਗੀ। ਬਸ ਮੈਂ ਤੈਨੂੰ ਆਹੀ ਕਹਿਣੀ ਹੈਗੀ ਵੀ ਅਮਰੂ ਦੀ ਜਾਨ ਬਚ ਜੇ, ਆਪਾਂ ਸੱਪ ਵੀ ਮਾਰਨਾ ਤੇ ਸੋਟੀ ਵੀ ਬਚ ਜੇ। ਭੈਣੇ ਆਹੀ ਗੱਲ ਤਾਂ ਤੈਨੂੰ ਮੈਂ ਸਮਝਾ ਰਹੀ ਹਾਂ ਕਿ ਅਮਰੂ ਦੀ ਜਾਨ ਬਚਾ ਲਓ ਜੇ ਬਚਾਈ ਜਾਂਦੀ ਆ। ਮੈਂ ਇਹੀ ਕੋਸ਼ਿਸ਼ ਤਾਂ ਕਰ ਰਹੀ ਹਾਂ ਪਰ ਜੀਜਾ ਉਹਨੂੰ ਫੇਰ ਗੋਲੀਆਂ ਲਿਆ ਕੇ ਦਿੰਦਾ। ਦੱਸ ਹੁਣ ਮੈਂ ਕੀ ਕਰਾਂ, ਉਹ ਗੋਲੀਆਂ ਫੇਰ ਖਾ ਲੂਗਾ, ਪਤਾ ਨਹੀਂ ਕਿੱਥੇ ਰੱਖੀਆਂ ਨੇ ਉਹਨੇ। ਚੱਲ ਕੋਈ ਨਾ, ਆਪਾਂ ਨਾ ਅਮਰੂ ਨੂੰ ਪਿਆਰ ਨਾਲ ਪੁੱਛਦੇ ਹਾਂ, ਨਹੀਂ ਤਾਂ ਆਪਾਂ ਸਾਗ ਤੋੜ ਲਿਆਵਾਂਗੇ ਖੇਤੋਂ, ਨਾਲੇ ਅਮਰੂ ਨੂੰ ਲੈ ਚੱਲਦੇ ਹਾਂ, ਪੁੱਛਦੇ ਹਾਂ ਉਹਨੂੰ ਕਿੱਥੇ ਰੱਖੀ ਉਹਨੇ ਦਵਾਈ। ਇਹ ਗੱਲ ਸਹੀ ਹੈ, ਆਪਾਂ ਤੋਂ ਪਹਿਲਾਂ ਦਵਾਈ ਲੈ ਕੇ ਸਿੱਟਦੇ ਹਾਂ। ਚੱਲ ਆ ਜਾਣ ਉਹ ਚੰਗੇ। ਅਮਰੂ ਤੂੰ ਮੇਰੇ ਨਾਲ ਗੁੱਸੇ ਹੋ ਗਿਆ? ਨਾ ਮੁੱਕ। ਇੱਥੇ ਕੀ ਕਰੀ ਜਾਣਾ? ਮੈਂ ਤਾਂ ਲੱਕੜਾਂ ਸੈੱਟ ਕਰਕੇ ਧਰਦਾ ਸੀ। ਇੱਥੇ ਨਾ ਬਹੁਤਾ ਕੰਮ ਕਰਿਆ ਕਰਿਆ, ਵੀ ਸੱਪ ਸੁੱਪ ਲੜ ਜਾਂਦਾ ਕਈ ਵਾਰੀ। ਨਾ ਮੁੱਕੋ, ਐ ਨਹੀਂ ਕੁਛ ਹੁੰਦਾ। ਮੈਂ ਤੈਨੂੰ ਐਂ ਕਹਿੰਦੀ ਸੀ, ਮੇਰਾ ਨਾ ਸਾਗ ਖਾਣ ਨੂੰ ਜੀ ਕਰ ਰਿਹਾ। ਮੈਂ ਲਿਆ ਦੂੰਗਾ ਮੁੱਕੋ। ਮੈਂ ਤੇਰੇ ਨਾਲ ਚੱਲੂੰਗੀ ਖੇਤ। ਨਾ ਤੇਰੇ ਨਾਲ ਨਹੀਂ ਮੈਂ ਜਾਂਦਾ। ਕਿਉਂ? ਬਾਈ ਕੁੱਟੂਗਾ। ਬਾਈ ਦਾ ਸੁਨਾਮ ਗਿਆ ਹੋਇਆ, ਬਾਈ ਨੂੰ ਕਿਹੜਾ ਪਤਾ ਲੱਗਣਾ। ਸੁਨਾਮ ਭੱਗ ਗਿਆ ਬਾਈ। ਹੋਰ ਨਾਲੇ ਦੀਦੀ ਜਾਊਗੀ ਨਾਲ। ਹਾਂ ਫਿਰ ਤਾਂ ਚਲੀਏ, ਫਿਰ ਚਲੀਏ। ਹੋਰ ਚੱਲ, ਬਾਈ ਦੇ ਹੁੰਦੇ ਤੱਕ ਆਪਾਂ ਤੋੜ ਲਿਆਵਾਂਗੇ। ਹਾਂ ਦੱਸੀ ਨਾ ਜੰਗਾ। ਨਾ ਨਾ ਮੈਂ ਨਹੀਂ ਦੱਸਦੀ, ਚੱਲ ਆ ਜਾ ਫਿਰ, ਇਹ ਬਾਅਦ ਚ ਕਰ ਲਈਆਂਗੇ। ਜਦ ਤੱਕ ਬਾਈ ਸੁਨਾਮ ਹੈ ਪੂਰਾ ਭੱਜ ਕੇ ਤੋੜ ਲਿਆ। ਮਰੂਦ ਖਾਏਂਗੀ ਮੁੱਕੋ? ਹਾਂ ਖਾਊਂਗੀ। ਪੱਕ ਕੇ ਮਰੂਦ ਦੇਵਾ ਤੋੜ ਕੇ? ਨਾ ਕੋਈ ਨਾ, ਪਹਿਲਾਂ ਆਪਾਂ ਸਾਗ ਤੋੜ ਲਈਏ। ਅਮਰੂ ਤੂੰ ਨਾ ਇਹ ਕਰ, ਜੇ ਸਾਗ ਤੋੜ ਲਿਆ ਤੇ ਮੈਂ ਤੇ ਮੁੱਕੋ ਇਹਨੇ ਪਾਲਕ ਤੋੜਦੀ ਆ। ਮੁੱਕੋ ਆ ਜਾ ਆਪਾਂ ਤੋੜਦੇ ਆ। ਕੋਈ ਨਾ ਤੂੰ ਚੱਲ, ਬਸ ਮੈਂ ਹੁਣੀ ਆਈ, ਅਸੀਂ ਪਹਿਲਾਂ ਮੈਂ ਦੀਦੀ ਨਾਲ ਸਾਗ ਤੋੜਨਾ। ਹਾਂ ਜਾ ਤੂੰ ਸਾਗ ਤੋੜ ਲਿਆ। ਚੰਗਾ। ਦੇਖ ਮੇਰੇ ਕੋਠੇ ਤੇ ਦੇਖਦੀ ਆ ਕਿਤੇ ਉੱਪਰ ਨਾ ਲੱਗੀ।
ਅਮਨ ਭੈਣ ਦਵਾਈ ਤਾਂ ਮੈਨੂੰ ਲੱਭ ਗਈ ਲੱਭ ਗਈ ਆ ਦੇਖ ਕਿੰਨੀ ਖਤਰਨਾਕ ਦਵਾਈ ਹੈ ਜਿਹੜੀ ਉਹ ਖਾਂਦਾ ਹੈ ਆ ਪੱਤੇ ਦੇਖ ਚੱਲ ਐਂ ਕਰ ਇਹਨੂੰ ਲਿਫਾਫੇ 'ਚ ਪਾ ਲਾ ਉਹਦੇ ਪਤਾ ਵੀ ਲੱਗਣਾ ਚਾਹੀਦਾ ਹਾਂ ਹਾਂ ਧਿਆਨ ਨਾਲ ਰੱਖੀ ਮਾੜੀ ਜੀ ਮੁੱਕੋ ਭਾਬੀ ਮੁੱਕੋ ਸਮਾਰ ਕੇ ਪਾ ਦੇ ਭਾਵੇਂ ਭੁੱਲ ਗਈ ਸੀ ਫਿਰ ਮੇਰੇ ਨਾਲ ਜ਼ਰੂਰੀ ਫੋਨ ਆਣੇ ਸੀ ਮੈਂ ਤਾਂ ਕਰਕੇ ਆ ਗਈ ਜਾਂਦੀ ਤਾਂ ਨਹੀਂ ਮੁੱਕੋ ਤੂੰ ਲੈ ਮੈਂ ਕਿੱਥੇ ਜਾਣਾ ਮੈਂ ਤਾਂ ਇੱਥੇ ਹੀ ਰਹੂੰਗੀ ਹੁਣ ਲੈ ਸਰ ਆ ਹੱਥ ਦਿਖਾਈ ਕੀ ਹੋ ਗਿਆ ਦਿਖਾ ਤਾਂ ਸਹੀ ਆ ਕੀ ਆ ਆ ਗੁੱਠਾ ਕਿੱਥੇ ਲਾ ਕੇ ਆਇਆ ਕਿਤੇ ਨਹੀਂ ਲਾਇਆ ਮੈਂ ਤਾਂ ਮੁੱਕੋ ਫਿਰ ਇਹ ਕੀ ਲਾਇਆ ਹੋਇਆ ਇਹ ਤਾਂ ਉਹੀ ਲੱਗ ਗਈ ਹੋਣੀ ਉਹੀ ਕਿਵੇਂ ਲੱਗ ਗਈ ਕੱਲ ਸੁਨਾਮ ਗਿਆ ਸੀ ਉੱਥੇ ਤਾਂ ਨਹੀਂ ਲਾ ਕੇ ਆਇਆ ਕਿਤੇ ਨਾ ਨਾ ਐ ਨਹੀਂ ਮੈਂ ਲਾਉਂਦਾ ਮੁੱਕੋ ਐ ਨਹੀਂ ਲਾਈਦਾ ਹੁੰਦਾ ਹੈਗਾ ਕਿਸੇ ਦੇ ਵੀ ਗੁੱਠਾ ਮੇਰੇ ਸੱਚ ਦੱਸ ਦੇ ਨਾ ਕਿਤੇ ਨਹੀਂ ਲਾਇਆ ਮੁੱਕੋ ਮੈਂ ਤਾਂ ਅੱਛਾ ਮੇਰੀ ਗੱਲ ਸੁਣ ਲਾ ਧਿਆਨ ਨਾਲ ਨਾ ਤਾਂ ਕਿਤੇ ਗੁੱਠਾ ਲੈਣਾ ਨਾ ਆਪਣਾ ਆਧਾਰ ਕਾਰਡ ਦੇਣਾ ਆਪਣਾ ਕੋਈ ਪ੍ਰੂਫ ਕੋਈ ਵੀ ਤੇਰੇ ਤੋਂ ਮੰਗੇ ਨਾ ਕਿਸੇ ਨੂੰ ਨਹੀਂ ਦੇਣਾ ਦਿੰਦਾ ਨਹੀਂ ਮੁੱਕੋ ਅੱਜ ਕੱਲ ਜ਼ਮਾਨਾ ਬਹੁਤ ਖਰਾਬ ਹੈ ਐਵੇਂ ਅੰਗੂਠੇ ਲਾ ਕੇ ਨਾ ਕਿਸੇ ਨੇ ਤੇਰਾ ਸਿਮ ਲੈ ਲਿਆ ਤੇਰੇ ਨਾਂ ਤੇ ਕੱਲ ਨੂੰ ਤੈਨੂੰ ਪੁਲਿਸ ਚੱਕੀ ਫਿਰੂਗੀ ਜੇ ਗਲਤ ਫੋਨ ਕਰਤਾ ਕਿਸੇ ਨੂੰ ਨਾ ਮੈਂ ਨਹੀਂ ਲਾਉਂਦਾ ਮੁੱਕੋ ਹਲੇ ਵੀ ਮੈਨੂੰ ਸੱਚ ਦੱਸ ਦੇ ਜੀ ਕਿਤੇ ਲਾ ਕੇ ਆਇਆ ਇਹ ਤਾਂ ਮੁੱਕੋ ਬੈਂਕ ਵਾਲਾ ਭਾਈ ਆਇਆ ਸੀ ਤੜਕੇ ਆਪਣੇ ਘਰੇ ਹਾਂ ਭਾਈ ਕਹਿੰਦਾ ਲਾ ਦੇ ਅੰਗੂਠੇ ਮੈਂ ਲਾ ਦੇ ਕਿਉਂ ਅਸੀਂ ਬੈਂਕ ਤੋਂ ਪੈਸੇ ਲਵਾਂਗੇ ਮੁੱਕੋ ਪਰ ਤੈਂ ਪੈਸਿਆਂ ਦਾ ਕੀ ਕਰਨਾ ਬਾਈ ਕਹਿੰਦਾ ਮੁੱਖ ਕੋਠੀ ਪਾਵਾਂਗੇ ਉਹਰੇ ਮੇਰਾ ਵਿਆਹ ਹੋਊਗਾ ਅੱਛਾ ਆ ਗਿਆ ਤੇਰਾ ਬੰਦਾ ਫਿਰ ਮੈਂ ਤੈਨੂੰ ਸੂਟ ਲਿਆ ਕੇ ਦੇਵਾਂਗਾ ਮੁੱਖ ਅੱਛਾ ਤੂੰ ਬਾਵੇ ਜਾ ਮੁੱਖ ਬਾਈ ਗਾਲਾਂ ਦੀ ਤੈਨੂੰ 50 ਵਾਰ ਕਿਹਾ ਭਾਈ ਇਹਦੇ ਕੋਲ ਨਾ ਖੜਾ ਕਰ ਤੂੰ ਹੈ ਤੇਰਾ ਕੀ ਕਿਹਦੇ ਕੋਲ ਖੜਨ ਦਾ ਇੱਕ ਮਾਰੀ ਕੁੜੀ ਦਾ ਇਹ ਤਾਂ ਮੈਨੂੰ ਸਾਗ ਲਿਆ ਕੇ ਦਿੱਤਾ ਨੇ ਕਿ ਸਾਗ ਲੈ ਕਿਤੇ ਨਾਲੇ ਹੋਰ ਕੱਲ ਕਰਾ ਤੂੰ ਦੂਸ਼ਣ ਲਾ ਲਈ ਕੋਈ ਨਾ ਕੋਈ ਮੈਂ ਜਾਣਦਾ ਤੇਰੇ ਵਰਗੇ ਪੜੀਆਂ ਲਿਖੀਆਂ ਨੂੰ ਬਈ ਮੈਂ ਤਾਂ ਸਾਗ ਹੱਥ ਦਾ ਤਮਾਰ ਦੇ ਫਿਰ ਤੁਸੀਂ ਆਪਣੇ ਕੰਮ ਤੱਕ ਮਤਲਬ ਚੱਲ ਅੰਦਰ ਬਈ ਸਾਗ ਤੈਨੂੰ ਜਮੀ ਆ ਕੱਲੀ ਹੈਗੀ ਬਾਈ ਹੈ ਕੱਲਾ ਦੱਸੋ ਪਹਿਲਾਂ ਕਿੱਥੇ ਗਈ ਕੱਲ੍ਹ ਤੂੰ ਇੱਧਰ ਉਹ ਕੱਲ੍ਹ ਕਿੱਥੇ ਗਈ ਤੂੰ ਵਾਲ ਕਟਾਉਣ ਗਿਆ ਸੀ ਬਾਈ ਮੁੱਕੋ ਨੇ ਪੈਸੇ ਦਿੱਤੇ ਸੀ ਵਾਲ ਕਟਾਉਣ ਤੋਂ ਬਾਅਦ ਕਿੱਥੇ ਗਿਆ ਸੀ ਤੂੰ ਹੈ ਕਿਤੇ ਨਹੀਂ ਗਿਆ ਬਾਈ
ਹੈ ਬਾਲ ਕਟਾ ਕੇ ਆਇਆ ਜੀ। ਹਰਮਨ ਕੋਲ ਗਿਆ ਨੀ ਤੂੰ? ਗਿਆ ਨੀ ਬਾਈ। ਕੀ ਲੈ ਕੇ ਤਾ ਹਰਮਨ ਨੂੰ ਕਹਿੰਦੇ? ਕੁਛ ਨੀ ਲੈ ਕੇ ਦਿੱਤਾ ਬਾਈ। ਹੈ ਕੁਛ ਨੀ ਲੈ ਕੇ ਦਿੱਤਾ। ਹਰਮਨ ਕੀ ਲੈ ਕੇ ਦਿੱਤਾ ਤੈਨੂੰ? ਦੱਸ ਕੀ ਲੈ ਕੇ ਹਰਮਨ ਨੂੰ? ਕੁਛ ਨੀ ਲੈ ਕੇ ਦਿੱਤਾ ਬਾਈ। ਹੈ ਗੋਲੀਆਂ ਦੇ ਪੱਤੇ ਲੈ ਕੇ ਦਿੱਤੇ ਹਰਮਨ ਨੂੰ? ਹੈ ਡਰਾਮੇ ਦਾ ਕਰੇ ਤੇਰੇ ਗੋਲੀ ਪਤਾ ਲੈ ਕੇ ਦਿੱਤੇ ਹਰਮਨ ਕਹਿੰਦੇ? ਲੈ ਕੇ ਦਿੱਤੇ ਦੀ ਬਾਈ। ਉਹ ਮੇਰਾ ਸਾਲਿਆ ਤੂੰ ਆਪਦੇ ਵੀ ਪੁੜੇ ਕਟਾਵੇਂਗਾ, ਸਾਡੇ ਵੀ ਕਟਾਵੇਂਗਾ ਤੂੰ? ਹੈ ਜਦੋਂ ਤੈਨੂੰ ਘਰੇ ਬੈਠੇ ਬੈਠੇ ਸਾਰੀ ਚੀਜ਼ਾਂ ਮਿਲਦੀਆਂ ਨੇ, ਕਿਉਂ ਤੂੰ ਜਾਣਾ ਲੋਕਾਂ ਦੇ? ਕਿਉਂ ਨੀ ਤੈਨੂੰ ਅਕਲ ਹੈਗੀ ਬਈ? ਉਹ ਕਹਿੰਦੇ ਨਾਕਾ ਹੁੰਦਾ, ਕਹਿੰਦੇ ਸਾਨੂੰ ਪੁਲਿਸ ਘੇਰ ਲੈਂਦੀ ਹੈ, ਤੂੰ ਲਿਆ ਨੀ ਫਿਰ ਤੂੰ ਮੇਰੇ ਪੁੜੇ ਕਟਾਵੇਂਗਾ? ਜਦੋਂ ਤੈਨੂੰ ਮੈਂ ਸਾਰਾ ਸਮਾਨ ਲਿਆ ਕੇ ਦਿੰਦਾ, ਤੇਰਾ ਸਾਰਾ ਸਮਾਨ ਭੁੱਕੀ ਲਿਆ ਦੇਣਾ, ਤੈਨੂੰ ਤੇਰੀ ਦਾਰੂ ਲਿਆ ਦੇਣਾ, ਤੈਨੂੰ ਗੋਲੀਆਂ ਕੱਟੇ ਲਿਆ ਦੇਣਾ, ਤੂੰ ਸਾਰਾ ਕਿਉਂ ਲੋਕਾਂ ਦੇ ਮਗਰ ਮਗਰ ਫਿਰਦਾ ਤੂੰ ਤੁਰਿਆ? ਹੈ ਕਦੋਂ ਅਕਲ ਉਹ ਤੈਨੂੰ ਬਈ? ਇੱਕ ਪੱਤਾ ਮੈਨੂੰ ਦਿੰਦੇ ਹੁੰਦੇ ਨੇ ਹੁਣ ਜਾਵੇਂਗਾ ਦੱਸ ਜਾਂਦਾ ਨੀ ਬਾਈ ਜਾਵੇਂਗਾ ਫਿਰ ਕੀ ਦੱਸਿਆ ਤੈਨੇ? ਉਹ ਬੰਦਾ ਬਣ ਕੇ ਦੱਸਦੇ ਕੀ ਦੱਸਿਆ ਤੈਨੇ ਤਰਾ? ਮਹਾਂ ਬਈ ਗੋਠੀ ਪਾਵਾਂਗੇ ਭੈਣ ਦੇ ਖਾਤਮਾ, ਤੇਰੀ ਕੋਈ ਗੱਲ ਕਿਉਂ ਨੀ ਪਚਦੀ? ਤੂੰ ਮੈਨੂੰ ਐਂ ਦੱਸੋ, ਭੈਣ ਦੇ ਅੱਖਾਂ ਨੂੰ ਰੋਟੀ ਕਿਵੇਂ ਪਚਾ ਲੈਣਾ ਹੋਵੇ? ਹੈ ਰੋਟੀ ਕਿਵੇਂ ਪਚਾਉਣਾ ਤੂੰ? ਸਾਰਿਆਂ ਜਿੱਦਾਂ ਬੁੜਾ ਬੁੜੀ ਦਾ ਮਰਦੇ ਤੂੰ ਮਰ ਜਾਂਦਾ ਇਹਦੇ ਨਾਲ ਤਾਂ, ਨਾਲ ਤਾਂ ਸਾਰਾ ਗੋਲਾ ਧੰਦਾ ਕਰੀ ਜਾਂਦੇ ਆ, ਨਾਲੇ ਮੇਰਾ ਸਾਰਾ ਫਿਰ ਲੋਕਾਂ 'ਤੇ ਬਦਨਾਮ ਕਰਦਾ। ਤੈਨੂੰ ਮੇਰਾ ਸਾਰਾ ਮੈਂ ਸੈਂਟਰ ਛੱਡ ਕੇ ਆਊਂਗਾ, ਉੱਥੇ ਦੇਖੀ ਤੇਰੇ ਝਾਂਡੇ ਪੈਂਦੇ ਤੇਰੇ ਤੜਕੇ ਉੱਠਣੇ ਸਾਰੇ। ਹੁਣ ਬੰਦਾ ਬਣ ਕੇ ਦੱਸ, ਹੁਣ ਜਾਵੇਂਗਾ? ਹੈ ਜਾਂਦਾ ਨੀ ਬਾਈ। ਜਾਵੇਂਗਾ ਹਰਮਨ ਕੋਈ ਦੱਸੇਗਾ ਮੁੱਕੋ ਨੂੰ ਕੁਛ? ਨਹੀਂ ਦੱਸਦਾ ਨੀ ਬਾਈ। ਇੱਧਰ ਦੇਖ ਲਈ ਬਸ, ਜੇ ਮੁੱਕੋ ਨੂੰ ਕੋਈ ਦੱਸਿਆ ਨਾ, ਮੇਰੇ ਸਿਰ ਨੂੰ ਫਾਂਸੀ ਟੰਗ ਦੂੰ ਘਰੇ ਮੈਂ, ਸਮਝ ਗਿਆ ਮੇਰੀ ਗੱਲ? ਜਾਂ ਸਪਰੇ ਪਾ ਕੇ ਮੇਰੇ ਸਿਰ ਨੂੰ ਚਾਹ ਤਾਂ ਦੇ ਦੂੰ ਮੈਂ, ਸਮਝ ਗਿਆ? ਚੰਗਾ ਬਾਈ, ਚੰਗਾ ਬਾਈ। ਨਾਲੇ ਹੋਰ ਜਮੀ ਅਕਲ ਨੀ, ਜਮੀ ਅਕਲ ਨੀ ਮੇਰੇ ਸਾਰਾ ਜਮੀ ਬੰਦਾ ਤੂੰ ਤਾਂ ਜਰਾ। ਹੈ ਤੇਰਾ ਵਰਗਾ ਲੰਡੂ ਬੰਦੇ ਨੀ ਦੇਖਣਾ ਮੈਂ ਕੋਈ, ਕਦੇ ਕਿਸੇ ਨੂੰ ਦੱਸਿਆ ਹੋਊਗਾ ਅਸੀਂ ਘਰ ਪਾਵਾਂਗੇ, ਕਦੇ ਕਿਸੇ ਨੂੰ ਬੈਂਕ ਬਾਰੇ ਦੱਸ ਦੂਗਾ, ਕਦੇ ਕਿਸੇ ਨੂੰ ਅੰਗੂਠਾ ਲਾ ਕੇ ਦੱਸ ਦੂਗਾ, ਸਾਰੇ ਹੱਗਿਆਂ ਮੂੰਹ ਤੇ ਵੀ ਦੱਸ ਦਿਆ ਕਰ ਲੋਕਾਂ ਨੂੰ। ਅੱਜ ਤੋਂ ਬਾਅਦ ਕਿਸੇ ਬੰਦੇ ਨੂੰ ਬੁਲਾਉਣਾ ਨਹੀਂ, ਘਰੋਂ ਬਾਹਰ ਨਿਕਲਣਾ ਨਹੀਂ, ਸਿੱਧਾ ਖੇਤ ਉਹਦਾ ਕੱਖ ਵੱਢ ਕੇ ਘਰੇ ਆਇਆ ਕਰ। ਜੇ ਮੈਨੂੰ ਫਸ ਗਿਆ ਕਿਤੇ ਦੇਖ ਗੱਲਾਂ ਕਰਦਾ, ਮੇਰੇ ਸਿਰ ਨੂੰ ਮੈਂ ਫਾਂਸੀ ਨਾਲ ਲਮਕਾਊਂਗਾ ਖੇਤ ਪਿੱਪਲ ਨਾਲ, ਸਮਝ ਗਿਆ? ਅੱਖਾਂ ਪੂੰਝ ਹੁਣ, ਪੂੰਝ ਅੱਖਾਂ। ਚੱਲ ਹੁਣ ਉੱਧਰ, ਜੇ ਉੱਧਰ ਜਾ ਕੇ ਪੁੱਛੂਗਾ ਨਾ ਵੀ ਉੱਧਰ ਕੀ ਗੱਲਾਂ ਕਰਦੇ ਸੀ, ਕਿਆ ਕੋਈ ਗੱਲ ਕਰਦੇ ਸੀਗੇ, ਸਮਝ ਗਿਆ? ਚੰਗਾ ਬਾਈ।
ਭੈਣ ਦਾ ਖਤਮ ਜੜਾ ਕਰਾ ਦੂਗਾ। ਤਾਂ ਸਤਿ ਸ਼੍ਰੀ ਅਕਾਲ ਬਾਬੇ, ਕੀ ਹਾਲ ਚਾਲ ਨੇ ਜੀ? ਬਾਬੇ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਕਿ ਅਮਰੂ ਵਰਗੇ ਨੌਜਵਾਨ ਪਿੰਡਾਂ ਦੇ ਵਿੱਚ 5-7 ਕੁ ਹੁੰਦੇ ਨੇ, ਅਤੇ ਜਿਨ੍ਹਾਂ ਦਾ ਭੋਲੇ ਭਾਲੇ ਲੋਕਾਂ ਦਾ ਕਈ ਚਲਾਕ ਲੋਕ ਫਾਇਦਾ ਚੱਕ ਜਾਂਦੇ ਨੇ ਆਪਦੇ ਨਿੱਜੀ ਕੰਮ ਦੇ ਲਈ। ਸੋ ਬਾਬੇ, ਉਹਨਾਂ ਨੂੰ ਗਾਈਡੈਂਸ ਦੀ ਲੋੜ ਹੈ, ਪਿਆਰ ਨਾਲ ਸਮਝਾਉਣ ਦੀ ਲੋੜ ਹੈ। ਉਮੀਦ ਕਰਦੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਸਬਸਕ੍ਰਾਈਬ ਕਰ ਲਿਓ। ਧੰਨਵਾਦ।